بسم الله الرحمن الرحيم. شروع اللہ کے نام سے جو بڑا مہربان نہایت رحم والا ہے. السلام علیکم. فائیو سٹار ڈی وی ڈی کولیاں روڈ ڈنگا لے کے آئے نے جناب تہاڈے واسطے بالی جٹی دی آواز وچ ایک فوک لوکل پروگرام, بڑا پیارا تے بڑا سونا جا پروگرام, ਖੁਆਰ ਪਿੰਡ ਵਿੱਚ ਆਉਣ ਵਾਲਾ ਪ੍ਰੋਗਰਾਮ ਅਸੀਂ ਤੁਹਾਡੀ ਖਿਦਮਤ ਵਿੱਚ ਜਨਾਬ ਮਲਕ ਇਜਾਜ਼ ਸਾਹਿਬ, ਮਲਕ ਤਨਵੀਰ ਸਾਹਿਬ, ਮਲਕ ਗੁਲਜ਼ਾਰ ਅਤੇ ਮਲਕ ਆਸ਼ਮ ਸਾਹਿਬ ਦੇ ਤਾਵਾਂ ਨਾਲ ਪੇਸ਼ ਕਰ ਰਹੇ ਹਾਂ. ਇਹ ਪ੍ਰੋਗਰਾਮ ਖੁਆਰ ਪਿੰਡ, ਖੁਆਰ ਪੁਰਾਣ ਯਾਨੀ ਨਹਿਰ ਦੇ ਉੱਤੇ ਬੜਾ ਸੋਹਣਾ ਜਿਹਾ ਪਿੰਡ ਹੈ ਅਤੇ ਉੱਥੇ ਬਾਲੀ ਜੱਟੀ ਦਾ ਪ੍ਰੋਗਰਾਮ ਹੋਇਆ ਅਤੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ. ਪਸੰਦ ਆਵੇ ਆਪਣੇ ਕੋਮੈਂਟਸ ਜ਼ਰੂਰ ਦੇਵਿਆ ਜੇ, ਆਪਣੀ ਰਾਏ ਜ਼ਰੂਰ ਦੱਸਿਆ ਕਰੋ ਕਿ ਸਾਡੇ ਪ੍ਰੋਗਰਾਮ ਕੈਸੇ ਨੇ. ਫਾਈਵ ਸਟਾਰ ਤੁਹਾਡੇ ਵਾਸਤੇ ਨਿੱਤ ਨਵੇਂ ਪ੍ਰੋਗਰਾਮ ਲੈ ਕੇ ਆਉਂਦਾ ਹੈ, ਪੰਜਾਬੀ ਫੋਕ ਗੁਲਕਾਰੀ 'ਚ ਨਿੱਤ ਨਵੇਂ ਗੁਲਕਾਰ ਲੈ ਕੇ ਆਉਂਦਾ ਹੈ. ਤੁਸੀਂ ਗਾਣੇ ਦਾ ਸ਼ੌਕ ਰੱਖਦੇ ਹੋ, ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ, ਅਸੀਂ ਇਨਸ਼ਾਅੱਲਾ ਤੁਹਾਨੂੰ ਪਲੇਟਫਾਰਮ ਮੁਹੱਈਆ ਕਰਾਂਗੇ. ਫਾਈਵ ਸਟਾਰ ਡੀ ਵੀ ਡੀ ਕੋਲੀਆਂ ਰੋਡ ਡਿੰਗਾ, ਬੇਹੱਦ ਸ਼ੁਕਰਗੁਜ਼ਾਰ ਹਾਂ ਅਸੀਂ ਆਪਣੇ ਸੱਜਣਾਂ ਅਤੇ ਦੋਸਤਾਂ ਦੇ ਜਿਹੜੇ ਸਾਡੇ ਪ੍ਰੋਗਰਾਮਾਂ ਨੂੰ ਇਤਨਾ ਪਸੰਦ ਕਰਦੇ ਹੋ ਅਤੇ ਸਾਡੇ ਵਾਸਤੇ ਇਤਨੇ ਅੱਛੇ ਅੱਛੇ ਕੋਮੈਂਟਸ ਦਿੰਦੇ ਹੋ. ਸ਼ੁਕਰੀਆ ਸਰ. ਅਕਲ ਨਾ ਪਿਆ ਮਲਕ ਮਲਕ ਹਮਜ਼ਾ ਅਬਾਸ ਸਾਹਿਬ ਜ਼ਰਾਨ ਜਿਨ੍ਹਾਂ ਦੀ ਜ਼ੇਰੇ ਸਾਇਆ ਉਰਸ ਹੋ ਰਿਹਾ ਹੈ, ਉਹ ਜਿਹੜਾ ਮੇਲੇ ਦੀ ਇੰਤਜ਼ਾਮੀਆ ਕਮੇਟੀ ਨੇ ਮਲਕ ਅਜਾਜ਼ ਸਾਹਿਬ, ਮਲਕ ਗੁਲਾਮ ਬਾਸ, ਮਲਕ ਅਗਜ਼ਨਫਰ ਸਾਹਿਬ, ਮਲਕ ਸ਼ਾਨ, ਮਲਕ ਨਜ਼ਾਕਤ, ਮਲਕ ਤਨਵੀਰ ਸਾਹਿਬ, ਮਲਕ ਕਦੀਰ ਫੌਜੀ ਸਾਹਿਬ, ਔਰ ਜਿਹੜਾ ਮਲਕ ਖਾਲਕ ਸੁਲਤਾਨ, ਖਲੀਲ ਅਹਿਮਦ ਚੌਧਰੀ ਸਾਹਿਬ, ਭਰਾਣਾ ਕਫੀਲ, ਮਲਕ ਪਰਵੇਜ, ਜ਼ਹੀਰ ਅਬਾਸ, ਵਜਾਹਤ ਮਲਕ, ਮਲਕ ਨਬੀਲ ਬਿੱਲੂ, ਅਤੇ ਇਹ ਨਾਂ ਤਕਰੀਬਨ ਮੇਰੇ ਪੜ੍ਹਨ ਵਿੱਚ ਨਜੀਬ ਆ ਰਿਹਾ ਹੈ, ਸ਼ਾਇਦ ਇਹ ਅਗਰ ਗਲਤੀ ਹੋਈ ਤਾਂ. ਲਓ ਜੀ, ਇਹਦੇ ਨਾਲ ਹੀ ਹੁਣ ਮਹਿਫਲ ਦਾ ਆਗਾਜ਼ ਕਰ ਰਹੇ ਹਾਂ. ਜਨਾਬ ਤੁਹਾਡੇ ਆਪਣੇ ਜਾਂਦੇ ਪਹਿਚਾਣੇ ਫਨਕਾਰ ਔਰ ਬਾਬਾ ਬਾਦਸ਼ਾਹ ਦੇ ਗੁਲਾਮ ਜ਼ੈਦ ਅਲੀ ਸ਼ਾਹ ਵਾਲੀ ਜੱਟੀ ਅਲਮਰੂ ਸ਼ਾਲੀਮਾਰ, ਜੋ ਕਿ ਤੁਸੀਂ ਸੁਣ ਰਹੇ ਹੋ, ਹਰ ਫਨਾ ਕਲਾਮ ਤੇਰੀਆਂ ਬੱਕਰੀਆਂ ਦਾ ਹੋ ਜਾਂਗੇ ਮੈਂ ਵਾੜਾ, ਅਲੀ ਬਾਬਾ ਨੂੰ ਨਾਲ ਰੱਖ ਲੈ, ਅਸਾਂ ਅਲੀ ਅਲੀ ਸਦਾ ਕਹਿਣਾ ਹੈ, ਇਹੋ ਮਸਤ ਮਲੰਗਾਂ ਦਾ ਕਹਿਣਾ ਹੈ, ਹਰ ਫਨਾ ਕਲਾਮ ਤਮਾਮ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਲੈ, ਹਰ ਫੇਕੜੀ ਦਾ ਕਲਾਮ, ਸਰਕਾਰ ਫਿਰ ਬੁੱਲੇ ਸ਼ਾਹ ਸਰਕਾਰ ਦਾ ਕਲਾਮ ਵਗੈਰਾ, ਔਰ ਬਾਬੇ ਬਾਦਸ਼ਾਹ ਦੀਆਂ ਕਾਫੀਆਂ, ਔਰ ਲੋਕ ਦਾਸਤਾਨ ਦਾ ਸਾਡੇ ਪੰਜਾਬ ਦਾ ਕਲਚਰ, ਸੱਸੀ ਸੋਨੀ ਹੀਰ, ਤੇ ਔਰ ਨਾਲ ਜਨਾਬ ਬਹੁਤ ਅੱਛੇ ਪ੍ਰਕਾਰ ਹਾਜੀ ਮੁਹੰਮਦ ਆਲਮ ਅਸਗਰ ਅਲੀ ਰਾਇਆ ਸਾਹਿਬ, ਜੋ ਕਿ ਤੁਸੀਂ ਸੁਣਿਆ ਪਸੰਦ ਕੀਤਾ, ਹੌਸਲਾ ਬੜਾਈ ਕੀਤੀ, ਜਿਹਨਾਂ ਦਾ ਬੜਾ ਮਸ਼ਹੂਰ ਆਇਟਮ ਤੁਸੀਂ ਸੁਣ ਰਹੇ ਹੋ, ਅਸਗਰ ਅਲੀ ਰਾਇਆ ਸਾਹਿਬ ਦਾ ਮਾਂ ਜੰਨਤ ਦੀ ਛਾਂ ਹਰ ਕੋਈ ਜਾਣਦਾ ਹੈ, ਮਾਂ ਦੇ ਸਿਰ ਤੇ ਹਰ ਕੋਈ ਮੌਜਾਂ ਮਾਣਦਾ ਹੈ. ਔਰ ਜਨਾਬ ਅੱਜ ਸਾਡੇ ਨਾਲ ਇੱਕ ਲਾਹੌਰ ਤੋਂ ਉਹ ਹਸਤੀ ਨੇ, ਅਸੀਂ ਉਹਨਾਂ ਨੂੰ ਵੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ, ਗੁਲਾਮ ਬਾਸ ਹੈਦਰੀ ਸਾਹਿਬ, ਗੁਲਾਮ ਬਾਸ ਹੈਦਰੀ ਸਾਹਿਬ ਜੋ ਕਿ ਮਹਿਦੀ ਅਸਰ ਖਾਨ ਸਾਹਿਬ ਦੇ ਸ਼ਗਿਰਦ ਨੇ, ਕਿ ਯਾਨੀ ਮੇਰੀ ਮਰਾਦ ਰਫਤਾ ਰਫਤਾ ਹੋ ਮੇਰੀ ਹਸਤੀ ਕੇ ਸਾਵਾ ਹੋ ਗਏ, ਪਹਿਲੇ ਜਾ ਫਿਰ ਜਾਣੇ ਜਾ ਫਿਰ ਜਾਣੇ ਜਾਣਾ ਹੋ ਗਏ. ਜਨਾਬ ਗੁਲਾਮ ਬਾਸ ਹੈਦਰੀ ਸਾਹਿਬ ਅਤੇ ਲੋਰ ਜਨਾਬ ਬਾਦਸ਼ਾਹ ਦੀ ਮਹਿਫਲ ਸ਼ੁਰੂ ਕਰ ਰਹੇ ਹਾਂ. ਆਗਾਜ਼ ਕਰਦੇ ਨੇ ਜਨਾਬ ਮੁਹੰਮਦ ਅਸ਼ਰਫ ਉਰਫ ਦੁੱਗਾ, ਮੁਹੰਮਦ ਅਸ਼ਰਫ ਦਾ ਜਨਾਬ ਹੈਦਰਾਬਾਦ
ਕਰਦਾ ਜਾ ਰਿਹਾ ਹੈ। ਸੋ ਮੋਤੀ ਚੂਰਮਾ ਸੁਣੀਆਂ ਮਨ ਤੇ ਸੁਣਨਾ ਪਸੰਦ ਸਿੱਖ ਖੜਾ ਕਰੋ ਥੱਲੇ ਕਸੂਏ ਰੰਗ ਦਾ ਬਟਨ ਲੱਗਿਆ ਹੈ। ਫਾਈਵ ਸਟਾਰ ਡਿਵੀਡੀ ਕੋਲੀਆਂ ਰੋਡਿੰਗ ਦਾ ਖਾਰੀਆਂ ਗੁਜਰਾਤ। ਸ਼ੁਕਰੀਆ ਸਰ।
اے مظہر نور خدا بلغن علامہ کمال ہی اے مظہر نور خدا بلغن علامہ کمال ہی مولا علی مشکل خوشا کشفت ہو جابے جمال ہی حسنین جانے فاطمہ حسنت جمعیہ کشا رہی سرور محمد مصطفیٰ صلو رہے و علیہ جو بابا جو مریم ویسے فقیر کا گھر تو سارے دوست بیٹھ جاؤ تے سرکار کا کلام پیش کر لیتے ہیں سب کھل گئے راز حقیقت دے جدو میہ مندر کنڈ نچا امیر صاحب آنکھ دے نظر والے شہر کردا مدینے خدا جدائیاں دے ٹکڑے میں کسوں سنا وا میرا دل پچھاندا مدینے نو جانا میں کس نو سنا وا میں دل بھی چاہتا مدینے نو جانا نہ تسبیح لایا بنتی نہ تسبیح لایا بنتی نہ اترو بگایا بنتی میرے کملی والیا محبوبہ کل تیرے بنایا ہی بنتی سارے مدینہ
I'm not afraid of the dark.
ਮੈਨੂੰ ਕਰੇ ਲੱਗਦੇ ਨਾਲੇ ਵੱਜਦੇ ਹੋ ਮੈਨੂੰ ਕਰੇ ਲੱਗਦੇ